ਅੱਜ ਦੀ ਜੋ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ ਹਾਂ ਭਗਤ ਤਰਲੋਚਨ ਦੀ, ਕਿਸ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਆਪ ਆ ਕੇ ਆਪਣੇ ਸੇਵਕਾਂ ਦੇ ਆਪਣੇ ਭਗਤਾਂ ਦੇ ਕਾਰਜ ਸਵਾਰਦਾ ਹੈ ਜਦੋਂ ਭਗਤ ਸ਼ਰਧਾ ਦੇ ਵਿੱਚ ਪੂਰਾ ਹੋਵੇ, ਬੰਦਗੀ ਦੇ ਵਿੱਚ ਪੂਰਾ ਹੋਵੇ, ਤਾਂ ਕਿਸ ਤਰ੍ਹਾਂ ਅਕਾਲ ਪੁਰਖ ਆਪ ਆ ਕੇ ਫਿਰ ਉਸ ਦੇ ਕਾਰਜ ਸਵਾਰਦਾ ਹੈ। ਜਿੱਥੇ ਭਗਤ ਤਰਲੋਚਨ ਜੀ ਜਿਸ ਪਿੰਡ ਦੇ ਵਿੱਚ ਰਹਿੰਦੇ ਹਨ, ਕੋਈ ਵੀ ਰਾਹਗੀਰ ਜਾਂਦਾ ਹੈ, ਸੰਤ ਮਹਾਂਪੁਰਸ਼ ਸੰਗਤ ਕੋਈ ਵੀ ਬਾਣੀ ਵਾਲਾ ਪ੍ਰੇਮੀ ਰੱਬੀ ਰੂਹ ਜਾਂ ਰਾਹਗੀਰ ਜਦੋਂ ਵੀ ਲੰਘਦਾ ਹੈ ਤਾਂ ਭਗਤ ਤਰਲੋਚਨ ਜੀ ਦਾ ਸੁਭਾਅ ਇਹੋ ਜਿਹਾ ਸੀ ਤਾਂ ਉਸਨੂੰ ਸਾਰੇ ਮਿਲ ਕੇ ਜਾਂਦੇ ਸਨ ਅਤੇ ਕਈ ਪ੍ਰਸ਼ਾਦਾ ਵੀ ਛੱਕ ਕੇ ਜਾਂਦੇ ਸਨ। ਤਾਂ ਇੱਕ ਦਿਨ ਭਗਤ ਤਰਲੋਚਨ ਜੀ ਦੀ ਪਤਨੀ ਕਹਿੰਦੀ ਹੈ ਕਿ ਭਗਤ ਜੀ, ਆਪ ਜੀ ਨੂੰ ਇੱਕ ਛੋਟੀ ਜਿਹੀ ਬੇਨਤੀ ਕਰਨੀ ਸੀ। ਤਾਂ ਭਗਤ ਤਰਲੋਚਨ ਜੀ ਆਪਣੀ ਪਤਨੀ ਨੂੰ ਕਹਿੰਦੇ ਹਨ ਕਿ ਹਾਂਜੀ ਦੱਸੋ। ਤਾਂ ਭਗਤ ਜੀ ਦੀ ਪਤਨੀ ਕਹਿੰਦੀ ਹੈ ਕਿ ਭਗਤ ਜੀ, ਆਪਣੇ ਘਰ ਇੰਨੇ ਸੰਤ ਮਹਾਂਪੁਰਸ਼ ਸੰਗਤ ਆਉਂਦੀ ਹੈ, ਕੋਈ ਨਾ ਕੋਈ ਜ਼ਰੂਰ ਪ੍ਰਸ਼ਾਦਾ ਛੱਕ ਕੇ ਜਾਂਦਾ ਹੈ ਅਤੇ ਮੈਂ ਨਹੀਂ ਚਾਹੁੰਦੀ ਵੀ ਇਹ ਸੇਵਾ ਦੇ ਵਿੱਚ ਕੋਈ ਵਿਘਨ ਪਵੇ। ਇਸ ਕਰਕੇ ਸੰਗਤ ਕਈ ਵਾਰੀ ਜ਼ਿਆਦਾ ਹੁੰਦੀ ਹੈ ਅਤੇ ਮੇਰੇ ਇਕੱਲੀ ਕੋਲੋਂ ਕੰਮ ਨਹੀਂ ਹੁੰਦਾ। ਆਪ ਜੀ ਇਸ ਤਰ੍ਹਾਂ ਕਰੋ, ਕੋਈ ਬੰਦਾ ਕੰਮ 'ਤੇ ਰੱਖ ਲਵੋ ਤਾਂ ਜੋ ਮੇਰੇ ਨਾਲ ਕੰਮ ਦੇ ਵਿੱਚ ਹੱਥ ਵਟਾ ਦਿਆ ਕਰੇ ਅਤੇ ਇਸ ਤਰ੍ਹਾਂ ਸੇਵਾ ਦੇ ਵਿੱਚ ਵੀ ਕੋਈ ਵਿਘਨ ਨਹੀਂ ਪਵੇਗਾ। ਭਗਤ ਜੀ ਕਹਿੰਦੇ ਕਿ ਮੈਂ ਦੇਖਦਾ ਹਾਂ ਜੇ ਕੋਈ ਚੰਗੇ ਸੁਭਾਅ ਵਾਲਾ ਮਿਲਿਆ ਤਾਂ ਮੈਂ ਜ਼ਰੂਰ ਉਸ ਨੂੰ ਲੈ ਆਵਾਂਗਾ। ਇੱਕ ਦਿਨ ਬੀਤਿਆ, ਭਗਤ ਜੀ ਆਪਣੇ ਪਿੰਡ ਤੋਂ ਕਿਤੇ ਦੂਰ ਕੰਮ ਲਈ ਜਾ ਰਹੇ ਸਨ। ਰਸਤੇ ਵਿੱਚ ਦੇਖਦੇ ਹਨ ਕਿ ਇੱਕ ਰੱਬੀ ਰੂਹ ਜਿਸਦੇ ਚਿਹਰੇ 'ਤੇ ਬਹੁਤ ਜ਼ਿਆਦਾ ਨੂਰ ਹੈ ਤੁਰੀ ਆ ਰਹੀ ਹੈ, ਪਰ ਭਗਤ ਤਰਲੋਚਨ ਜੀ ਤੋਂ ਰਿਹਾ ਨਾ ਗਿਆ ਅਤੇ ਜਾ ਕੇ ਉਸ ਰਾਹਗੀਰ ਨੂੰ ਪੁੱਛਦੇ ਹਨ ਕਿ ਪ੍ਰੇਮੀ ਜੀ, ਹੇ ਰੱਬੀ ਰੂਹ, ਮੇਰੇ ਕੋਲੋਂ ਤੇਰੇ ਤੋਂ ਪੁੱਛਣ ਤੋਂ ਬਿਨਾਂ ਰਿਹਾ ਨਹੀਂ ਗਿਆ, ਆਪ ਜੀ ਕਿੱਥੇ ਜਾ ਰਹੇ ਹੋ? ਤਾਂ ਰੂਹ ਕਹਿੰਦੀ ਹੈ ਕਿ ਮੈਂ ਤਾਂ ਭਗਤ ਜੀ ਕੰਮ ਦੀ ਤਲਾਸ਼ ਦੇ ਵਿੱਚ ਆਇਆ ਹਾਂ। ਭਗਤ ਜੀ ਕਹਿੰਦੇ ਕੰਮ ਦੀ ਤਲਾਸ਼? ਚੱਲ ਇਹ ਦੱਸ, ਮੇਰੇ ਘਰ ਕੰਮ ਕਰੇਗਾ? ਉਹ ਕਹਿੰਦਾ ਜੀ ਮੈਂ ਤਾਂ ਕੰਮ ਕਰਨ ਦੇ ਲਈ ਆਇਆ ਹਾਂ, ਜਿੱਥੇ ਕਹੋਗੇ ਉੱਥੇ ਕੰਮ ਕਰ ਲਵਾਂਗਾ। ਭਗਤ ਜੀ ਆਪਣੇ ਘਰ ਲੈ ਆਏ ਤਾਂ ਭਗਤ ਜੀ ਦੀ ਪਤਨੀ ਭਗਤ ਜੀ ਨੂੰ ਕਹਿੰਦੀ ਹੈ ਕਿ ਆਪ ਜੀ ਇਸ ਦੇ ਨਾਲ ਪੈਸਿਆਂ ਦੀ ਗੱਲ ਕਰ ਲੈਂਦੇ ਕਿ ਇਹ ਕਿੰਨੇ ਤਨਖਾਹ ਲਏਗਾ, ਕਿੰਨੇ ਪੈਸੇ ਕੰਮ ਦੇ ਲਏਗਾ ਅਤੇ ਇਸ ਦਾ ਨਾਂ ਪੁੱਛ ਲੈਂਦੇ। ਤਾਂ ਉਹ ਰੱਬੀ ਰੂਹ ਕਹਿੰਦੀ ਹੈ
ਕਿ ਮੈਂ ਜਿੱਥੇ ਰੱਬ ਦੇ ਪਿਆਰੇ ਹੋਣ, ਆਪ ਜੀ ਵਰਗੇ ਭਗਤ ਹੋਣ, ਮੈਂ ਉਹਨਾਂ ਤੋਂ ਕੋਈ ਪੈਸਾ ਨਹੀਂ ਲੈਂਦਾ। ਹਾਂ, ਪਰ ਇੱਕ ਮੇਰੀ ਸ਼ਰਤ ਹੈ, ਮੈਂ ਰੋਟੀ ਰੱਜ ਕੇ ਖਾਵਾਂਗਾ। ਆਪ ਜੀ ਨੇ ਕਦੇ ਵੀ ਮੈਨੂੰ ਰੋਟੀ ਦੇ ਵਿੱਚ ਨਹੀਂ ਟੋਕਣਾ। ਦੂਸਰੀ ਗੱਲ ਕਿ ਜਿਸ ਘਰ ਦੇ ਵਿੱਚ ਚੁਗਲੀ ਹੁੰਦੀ ਹੈ, ਕੋਈ ਚੁਗਲੀ ਕਰਦਾ ਹੈ, ਮੈਂ ਉੱਥੇ ਟਿੱਕੇ ਨਹੀਂ ਰਹਿੰਦਾ, ਉੱਥੇ ਤੋਂ ਮੈਂ ਚਲਿਆ ਜਾਂਦਾ ਹਾਂ। ਇਹ ਸੁਣ ਕੇ ਭਗਤ ਜੀ ਬੜੇ ਭਾਵੁਕ ਜਿਹੇ ਹੋ ਗਏ ਕਿ ਇਹ ਤਾਂ ਮੇਰੀ ਸੋਚ ਦੇ ਜਿਵੇਂ ਦਾ ਮੈਂ ਸੋਚਦਾ ਸੀ ਉਵੇਂ ਦਾ ਹੀ ਬੰਦਾ ਹੈ। ਅਤੇ ਜਦੋਂ ਉਸਨੇ ਦੱਸਿਆ ਕਿ ਮੇਰਾ ਨਾਮ ਅੰਤਰਜਾਮੀ ਹੈ, ਤਾਂ ਭਗਤ ਜੀ ਕਹਿੰਦੇ ਹਨ ਕਿ ਤੇਰਾ ਨਾਮ ਸੁਣ ਕੇ ਮਨ ਦੇ ਵਿੱਚ ਸ਼ਰਧਾ ਪੈਦਾ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹ ਹਰ ਰੋਜ਼ ਭਗਤ ਜੀ ਦੀ ਪਤਨੀ ਦੇ ਨਾਲ ਕੰਮ ਕਾਰ ਕਰਾਉਂਦਾ ਹੈ, ਸਾਰੀ ਸੇਵਾ ਆਪ ਕਰਦਾ ਹੈ ਅਤੇ ਆਪਣਾ ਰੱਜ ਕੇ ਪ੍ਰਸ਼ਾਦਾ ਛਕਦਾ ਹੈ। ਅੰਤਰਜਾਮੀ ਸੰਗਤ ਦੇ ਨਾਲ ਇੰਨਾ ਪਿਆਰ ਕਰਦਾ ਹੈ ਕਿ ਦਿਨ ਬਾ ਦਿਨ ਸੰਗਤ ਵੀ ਵੱਧ ਗਈ। ਜੇ ਕੋਈ ਵੈਸੇ ਵੀ ਘਰ ਤੋਂ ਬਾਹਰ ਉਹਨਾਂ ਦੇ ਭਗਤ ਜੀ ਦੇ ਜਾ ਰਿਹਾ ਹੁੰਦਾ ਹੈ ਤਾਂ ਕਹਿੰਦਾ ਹੈ ਕਿ ਚਲੋ ਨਾਲੇ ਭਗਤ ਜੀ ਨੂੰ ਅਤੇ ਨਾਲੇ ਅੰਤਰਜਾਮੀ ਨੂੰ ਮਿਲ ਕੇ ਚੱਲੀਏ, ਕਿਉਂਕਿ ਇਹ ਸੁਭਾਵਕ ਹੀ ਹੈ। ਜਿਹੜਾ ਬੰਦਾ ਚੰਗਾ ਹੁੰਦਾ ਹੈ, ਕੰਮ ਭਾਵੇਂ ਨਾ ਵੀ ਹੋਵੇ, ਮਨ ਵਿੱਚ ਆਉਂਦਾ ਹੈ ਵੀ ਚੱਲ ਇਸ ਨੂੰ ਮਿਲ ਕੇ ਕਿਉਂ ਨਾ ਚੱਲੀਏ। ਸਮਾਂ ਬੀਤਦਾ ਗਿਆ, ਸੰਗਤ ਦਿਨੋ ਬਾ ਦਿਨ ਵੱਧ ਰਹੀ ਸੀ। ਇੱਕ ਦਿਨ ਭਗਤ ਜੀ ਦੀ ਪਤਨੀ ਆਪਣੇ ਗਵਾਂਢ ਦੇ ਵਿੱਚ ਜਾਂਦੀ ਹੈ ਅਤੇ ਗਵਾਂਢਣ ਨੂੰ ਕਹਿੰਦੀ ਹੈ ਕਿ ਸੰਗਤ ਬਹੁਤ ਵੱਧ ਰਹੀ ਹੈ, ਇੰਨਾ ਕੋਈ ਕੰਮ ਕਾਰ ਵੀ ਨਹੀਂ, ਇੱਕ ਬੰਦਾ ਕਿੰਨੇ ਕੁ ਜਾਣੇ ਰੋਟੀ ਖਵਾ ਸਕਦਾ ਹੈ, ਅਤੇ ਇੱਕ ਅੰਤਰਜਾਮੀ ਹੈ ਜੋ ਇੰਨਾ ਭੋਜਨ ਛਕਦਾ ਹੈ, ਮੈਨੂੰ ਉੱਤੇ ਡਰ ਲੱਗਦਾ ਰਹਿੰਦਾ ਹੈ ਕਿ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਰਸ਼ ਹੀ ਨਾ ਮੁੱਕ ਜਾਵੇ। ਇੱਧਰ ਭਗਤ ਜੀ ਦੀ ਪਤਨੀ ਨੇ ਆਪਣੀ ਗਵਾਂਢੀ ਦੇ ਕੋਲ ਅੰਤਰਜਾਮੀ ਦੀ ਚੁਗਲੀ ਕੀਤੀ ਅਤੇ ਉਧਰੋਂ ਅੰਤਰਜਾਮੀ ਨੂੰ ਪਤਾ ਲੱਗ ਗਿਆ ਅਤੇ ਉਹ ਚਲਾ ਗਿਆ। ਜਦੋਂ ਭਗਤ ਜੀ ਦੀ ਪਤਨੀ ਘਰ ਆ ਕੇ ਅੰਤਰਜਾਮੀ ਨੂੰ ਆਵਾਜ਼ਾਂ ਮਾਰਦੀ ਹੈ ਤਾਂ ਕੀ ਦੇਖਦੀ ਹੈ, ਉਹ ਘਰ ਦੇ ਵਿੱਚ ਨਹੀਂ ਸੀ, ਉਹ ਚਲਾ ਗਿਆ ਸੀ। ਕੁਝ ਸਮੇਂ ਬਾਅਦ ਜਦੋਂ ਭਗਤ ਤਰਲੋਚਨ ਜੀ ਆਉਂਦੇ ਹਨ ਤਾਂ ਪੁੱਛਦੇ ਹਨ ਕਿ ਅੰਤਰਜਾਮੀ ਕਿੱਥੇ ਹੈ, ਤਾਂ ਉਹ ਸੱਚ ਦੱਸਦੀ ਹੈ ਕਿ ਸਵਾਮੀ ਜੀ, ਭਗਤ ਜੀ, ਮੇਰੇ ਕੋਲੋਂ ਇੱਕ ਬਹੁਤ ਵੱਡੀ ਗਲਤੀ ਹੋ ਗਈ, ਮੈਂ ਆਪਣੇ ਗਵਾਂਢ ਦੇ ਵਿੱਚ ਆਪਣੀ ਗਵਾਂਢਣ ਦੇ ਨਾਲ ਇਹ ਗੱਲ ਕਰ ਬੈਠੀ, ਮੈਨੂੰ ਲੱਗਦਾ ਹੈ
ਸ਼ਾਇਦ ਤਾਂ ਹੀ ਅੰਤਰਜਾਮੀ ਚਲਾ ਗਿਆ। ਇਹ ਸੁਣ ਕੇ ਭਗਤ ਜੀ ਬਹੁਤ ਜ਼ਿਆਦਾ ਉਦਾਸ ਹੋ ਗਏ ਕਿ ਤੈਨੇ ਇੱਕ ਰੱਬੀ ਰੂਹ ਨੂੰ ਘਰ ਦੇ ਵਿੱਚੋਂ ਆਪਣੀ ਚੁਗਲੀ ਕਰਕੇ ਜਾਣ ਦੇ ਦਿੱਤਾ, ਕਿਉਂਕਿ ਸ਼ਾਇਦ ਜੇ ਤੂੰ ਚੁਗਲੀ ਨਾ ਕਰਦੀ ਤਾਂ ਅੰਤਰਜਾਮੀ ਸਦਾ ਹੀ ਸਾਡੇ ਕੋਲ ਰਹਿੰਦਾ। ਕਿੰਨੀ ਪਾਕ ਅਤੇ ਪਵਿੱਤਰ ਰੂਹ ਸੀ ਉਹ, ਕਿਹੜਾ ਆਪਾਂ ਕੋਲੋਂ ਕੁਛ ਹੋਰ ਮੰਗਦਾ ਸੀ, ਇੱਕ ਭੋਜਨ ਅਤੇ ਪ੍ਰਸ਼ਾਦਾ ਹੀ ਸੀ। ਕਈ ਦਿਨ ਭਗਤ ਜੀ ਦਾ ਮਨ ਬੜਾ ਉਦਾਸ ਰਿਹਾ, ਸਿਮਰਨ ਦੇ ਵਿੱਚ ਵੀ ਮਨ ਨਹੀਂ ਜੁੜ ਰਿਹਾ। ਕਈ ਦਿਨ ਬੀਤਣ ਤੋਂ ਬਾਅਦ ਆਕਾਸ਼ਵਾਣੀ ਹੁੰਦੀ ਹੈ ਕਿ ਭਗਤ ਤਰਲੋਚਨ ਜੀ, ਆਪ ਜੀ ਦੀ ਸੇਵਾ ਸਫਲ ਹੈ, ਦਰਗਾਹ ਦੇ ਵਿੱਚ ਪ੍ਰਵਾਨ ਹੈ, ਪਰ ਸਾਡੀ ਆਪ ਜੀ ਦੇ ਨਾਲ ਕੋਈ ਨਾਰਾਜ਼ਗੀ ਨਹੀਂ, ਕਿਉਂਕਿ ਜਿੱਥੇ ਨਿੰਦਿਆ ਅਤੇ ਚੁਗਲੀ ਹੁੰਦੀ ਹੈ ਉੱਥੇ ਮੈਂ ਨਹੀਂ ਰਹਿੰਦਾ। ਇਹ ਸੁਣ ਕੇ ਭਗਤ ਜੀ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਵੈਰਾਗ ਆਇਆ ਅਤੇ ਆਪਣੀ ਪਤਨੀ ਨਾਲ ਬੈਠ ਕੇ ਗੱਲ ਕਰਦੇ ਹਨ ਕਿ ਭੋਲੀਏ, ਤੈਨੂੰ ਇਹ ਵੀ ਨਹੀਂ ਅਹਿਸਾਸ ਹੋਇਆ, ਤੈਨੂੰ ਹਾਲੇ ਤੱਕ ਇਹ ਵੀ ਨਹੀਂ ਪਤਾ ਲੱਗਾ ਵੀ ਜਿਸ ਦੀ ਤੂੰ ਚੁਗਲੀ ਕੀਤੀ ਸੀ ਉਹ ਤਾਂ ਆਪ ਹੀ ਅਕਾਲ ਪੁਰਖ ਪਰਮਾਤਮਾ ਇਨਸਾਨ ਦੇ ਰੂਪ ਦੇ ਵਿੱਚ ਸਾਡੀ ਸੇਵਾ ਕਰਨ ਦੇ ਲਈ ਆਇਆ ਸੀ। ਇਹ ਸੁਣ ਕੇ ਪਤਨੀ ਨੇ ਭਗਤ ਜੀ ਦੇ ਪੈਰਾਂ ਦੇ ਵਿੱਚ ਡਿੱਗ ਕੇ ਮਾਫੀਆਂ ਮੰਗਦੀ ਹੈ ਕਿ ਭਗਤ ਜੀ ਮੈਨੂੰ ਮਾਫ਼ ਕਰ ਦਿਓ, ਮੈਂ ਅੱਗੇ ਤੋਂ ਇਹ ਗਲਤੀ ਕਦੇ ਨਹੀਂ ਦੁਹਰਾਉਂਦੀ। ਸੋ ਇਹੋ ਹੀ ਸਿੱਖਿਆ ਮਿਲਦੀ ਹੈ ਇਸ ਸਾਖੀ ਤੋਂ ਵੀ ਚੁਗਲੀ ਕਰਕੇ ਅਸੀਂ ਰੱਬ ਦੇ ਨਾਲ ਵੀ ਵਿਗਾੜ ਲੈਂਦੇ ਹਾਂ ਅਤੇ ਜੱਗ ਦੇ ਨਾਲ ਵੀ। ਭਗਤ ਤਰਲੋਚੀ ਜੀ ਨੂੰ ਪਰਮਾਤਮਾ ਨੇ ਕਹਿ ਦਿੱਤਾ ਸੀ ਕਿ ਅਸੀਂ ਤਾਂ ਸਦਾ ਹੀ ਤੇਰੇ ਅੰਗ ਸੰਗ ਹਾਂ, ਪਰ ਭਗਤ ਜੀ ਨੂੰ ਬਹੁਤ ਜ਼ਿਆਦਾ ਆਪਣੀ ਪਤਨੀ ਦੀ ਗਲਤੀ ਦਾ ਅਹਿਸਾਸ ਹੋਇਆ ਕਿ ਅਸੀਂ ਇੱਕ ਗਲਤੀ ਕਰਕੇ ਉਸ ਪਰਮਾਤਮਾ ਨੂੰ ਆਪਣੇ ਦੂਰ ਕਰ ਲਿਆ। ਸੋ ਗੁਰਬਾਣੀ ਦੇ ਵਿੱਚ ਵੀ ਲਿਖਿਆ ਆਉਂਦਾ ਹੈ ਕਿ ਹਰ ਕੀ ਵਡਿਆਈ ਵੱਡੀ ਹੈ, ਜਾ ਨਾ ਸੁਣੀ ਕਹਿਆ ਚੋਲਕਾ, ਕਿ ਪਰਮਾਤਮਾ ਦੀ ਇਹ ਵਡਿਆਈ ਹੈ ਉਹ ਚੁਗਲਦਾ ਕਹਿਆ ਸੁਣਦਾ ਨਹੀਂ। ਸੋ ਸਾਨੂੰ ਵੀ ਇਸ ਗੱਲ ਤੋਂ ਸੰਕੋਚ ਕਰਨਾ ਚਾਹੀਦਾ ਹੈ ਜੇ ਅਸੀਂ ਉਸ ਪਰਮਾਤਮਾ ਦੀ ਖੁਸ਼ੀ ਅਤੇ ਪਿਆਰ ਲੈਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।